उठे जग दे झूठे नाते, झूठी जगदी प्रीत। अस्सलामु अलैकुम व रहमतुल्लाहि व बरकातहू। जी नाज़रीन, अज दे व्लॉग दे विच मैं पाकिस्तान दी तारीख दी एक ऐसी फिल्म जिहड़ी बनी अच्छी सी लेकिन एक अदाकारा दी लापरवाही और लायकी दी वजह ना, और उन्हें फिल्म दे विच काम ही एक ऐसा कर दिता जिहदी वजह ना फिर फिल्म फ्लाप हो गई। उस फिल्म दी फ्लाप होने दी सारी तफसीलात अज दी इस वीडियो दे विच मैं तुहानू दसांगा। लो जी, जे चैनल ते नवे हो ते चैनल नूं सबसक्राइब लाइक शेयर जरूर कर देना, ताड़ियां मुहब्बतां दा बड़ा शुक्रिया। ये सन 1961 दे विच फिल्म मंगती बनी सी जिहदे प्रोड्यूसर यासिन गुरेजा साहब सी, ते इस फिल्म दे विच टाइटल रोल अदाकारा बहार बेगम नूं दिता गया सी। ते यासिन गुरेजा साहब नूं चाहीदा सी कि जदों अदाकारा बहार बेगम नूं इस दे विच टाइटल रोल करने वास्ते दिता गया सी, उन्हां नूं सोचना चाहीदा सी कि इह उन्हां दे उत्ते पूरा उतरेगा या नहीं। ते क्योंकि अदाकारा बहार बेगम जिहड़ी सी उह पढ़ी लिखी सी और बहुत शोखो चंचल नाजुक मिजाज सी, ते उह दे नखरे बड़े सी, ते इस फिल्म दे विच मंगती दा किरदार अदा करना सी। ਤੇ ਜ਼ਾਹਰਾ ਜਦੋਂ ਮੰਗਤੀ ਦਾ ਕਿਰਦਾਰ ਅਦਾ ਕਰਨਾ ਤੇ ਫਿਰ ਉਸ ਪੂਰੇ ਮਾਹੌਲ ਦੇ ਵਿੱਚ ਉਹਨੂੰ ਢਾਲਣਾ ਪੈਣਾ ਸੀ, ਤੇ ਉਹ ਮੰਗਤੀ ਦੇ ਕਿਰਦਾਰ ਵਾਸਤੇ ਫਿਰ ਉਹ ਜਿਹੜੇ ਆਹ ਟੱਪਰੀ ਬਾਸ ਬੈਠੇ ਹੁੰਦੇ ਨੇ ਉਹ ਉਹੋ ਜਿਹੇ ਕੱਪੜੇ ਪਾਉਣੇ ਸੀ, ਫਿਰ ਉਹ ਜਿਹਾ ਚੋਲਾ ਲੈਣਾ ਸੀ, ਤੇ ਫਿਰ ਉਹਨੇ ਮੰਗਤੀ ਬਣਨਾ ਸੀ। ਤੇ ਜਦੋਂ ਯਾਸੀਨ ਗੁਰੇਜਾ ਸਾਹਿਬ ਨੇ ਸਾਰਾ ਕੁਛ ਮੰਗਵਾਇਆ ਉਹਦੇ ਵਾਸਤੇ ਕੱਪੜੇ ਵਗੈਰਾ, ਉਹਦੇ ਵਾਸਤੇ ਮੇਕਅਪ ਦਾ ਸਮਾਨ ਵਗੈਰਾ, ਬਈ ਉਹ ਜਿਸ ਤਰ੍ਹਾਂ ਵਾਲ ਖਿਲ ਰਹੇ ਹੁੰਦੇ ਆ, ਮੇਕਅਪ ਇਸ ਤਰ੍ਹਾਂ ਦਾ ਕਰਨਾ ਸੀ ਕਿ ਬਿਲਕੁਲ ਅਦਾਕਾਰਾ ਮੰਗਤੀ ਜਿਹੜੀ ਲੱਗੇ। ਅਤੇ ਉਹ ਅਦਾਕਾਰਾ ਬਹਾਰ ਬੇਗਮ ਬਹੁਤ ਨੱਕ ਚੜ੍ਹੀ ਸੀ, ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਸੀ ਕਰਦੀ। ਉਹਨੇ ਯਾਸੀਨ ਗੁਰੇਜਾ ਸਾਹਿਬ ਨੂੰ ਕਿਹਾ ਕਿ ਮੈਂ ਇਹ ਕੱਪੜੇ ਨਹੀਂ ਪਾਉਣੇ, ਅਤੇ ਨਾ ਮੈਂ ਇਸ ਤਰ੍ਹਾਂ ਦਾ ਮੇਕਅਪ ਕਰਨਾ ਕਿ ਜਿਹੜਾ ਬਿਲਕੁਲ ਹੀ ਉਹ ਇੱਕ ਟੱਪਰੀ ਬਾਸ ਜਿਹੇ ਲੱਗਣ। ਅਤੇ ਉਹ ਜਿਹਦੀ ਵਜ੍ਹਾ ਨਾਲ ਯਾਸੀਨ ਗੁਰੇਜਾ ਸਾਹਿਬ ਫਿਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ, ਕਿਉਂਕਿ ਉਹ ਫਿਲਮ ਵੀ ਫਿਰ ਉਸ ਵੇਲੇ ਅੱਧੀ ਬਣ ਚੁੱਕੀ ਸੀ, ਅਤੇ ਉਹ ਨਹੀਂ ਸੀ ਚਾਹੁੰਦੇ ਕਿ ਹੁਣ ਮੈਂ ਇਸ ਫਿਲਮ ਨੂੰ ਦੁਬਾਰਾ ਬਣਾਵਾਂ, ਦੁਬਾਰਾ ਡਬਲ ਖਰਚਾ ਹੋ ਜਾਏਗਾ ਅਗਰ ਕੋਈ ਹੋਰ ਅਦਾਕਾਰਾਂ ਨੂੰ ਮੈਂ ਸਿਲੈਕਟ ਕਰਾਂ। ਖੈਰ, ਉਹਨੇ ਅਦਾਕਾਰ ਬਹਾਰ ਬੇਗਮ ਦੇ ਨਖਰਿਆਂ ਨੂੰ ਸਹਿਆ ਜਿੰਨਾ ਵੀ ਸਹਿ ਸਕਦੇ ਸੀ, ਔਰ ਫਿਰ ਉਹਨੇ ਕੱਪੜੇ ਪਾਉਣ ਤੋਂ ਯਾਨੀ ਪਾਏ ਬਸ ਹਲਕੇ ਫੁਲਕੇ, ਜ਼ਿਆਦਾ ਇਸ ਤਰ੍ਹਾਂ ਨਹੀਂ ਬਣੀਆਂ, ਬਿਲਕੁਲ ਉਸ ਨੂੰ ਅਸਲ ਰੰਗ ਨਹੀਂ ਦਿੱਤਾ ਜਿਹੜਾ ਮੰਗਤੀ ਦਾ ਕਿਰਦਾਰ ਅਦਾ ਕਰਨੀ ਸੀ ਨਾ। ਅਦਾਕਾਰ ਬਹਾਰ ਬੇਗਮ ਨੂੰ ਚਾਹੀਦਾ ਸੀ ਉਸ ਕਿਰਦਾਰ ਦੇ ਵਿੱਚ ਇਸ ਤਰ੍ਹਾਂ ਢਲ ਜਾਂਦੀ ਕਿ ਫਿਲਮ ਨੂੰ ਵੇਖਣ ਵਾਲਾ ਕਹਿੰਦਾ ਕਿ ਯਾਰ ਵਾਕਈ ਇਹਨੇ ਇੱਕ ਹਕੀਕਤ ਦਾ ਰੂਪ ਦੇ ਦਿੱਤਾ। ਫਿਰ ਜਿਸ ਵੇਲੇ ਫਿਲਮਬੀਨ ਫਿਲਮ ਨੂੰ ਵੇਖਦਾ, ਉਹਨੇ ਤਾਂ ਵੇਖਣਾ ਨਾ ਵੀ ਜਿਹੜੇ ਔਰਤ ਨੇ ਮੰਗਤੀ ਦਾ ਕਿਰਦਾਰ ਅਦਾ ਕੀਤਾ ਔਰ ਵਾਕਈ ਉਹਨੇ ਹਕੀਕਤ ਬਣਾ ਕੇ ਰੱਖਤਾ। ਲੇਕਿਨ ਅਦਾਕਾਰ ਬਹਾਰ ਬੇਗਮ ਇਹਦੇ ਮੁਤਾਬਕ ਪੂਰੀਆਂ ਨਾ ਆ ਸਕੀਆਂ, ਬਸ ਮੰਗਣੇ ਵਾਲਾ ਚੋਲਾ ਜਿਹਾ ਪਾ ਲਿਆ, ਅਤੇ ਇਸ ਤਰ੍ਹਾਂ ਨਹੀਂ ਚੱਲਦਾ ਕੰਮ। ਕੰਮ ਜਿਸ ਵੇਲੇ ਵੀ ਕਾਮਯਾਬ ਕੋਈ ਫਿਲਮ ਕਰਨੀ ਹੋਵੇ ਉਸ ਨੂੰ ਉਸਦੇ ਪੂਰੇ ਕਿਰਦਾਰ ਦੇ ਵਿੱਚ ਖੁੱਭਣਾ ਪੈਂਦਾ। ਹੁਣ ਜੇ ਉਹਦਾ ਮੰਗਤੀ ਦਾ ਕਿਰਦਾਰ ਸੀ, ਉਹਨੂੰ ਚਾਹੀਦਾ ਸੀ ਕਿ ਕੱਪੜੇ ਇਸ ਤਰ੍ਹਾਂ ਦੀ
ਫਟੇ ਪੁਰਾਣੇ ਪਾਉਂਦੀ, ਜੁੱਤੀ ਟੁੱਟੀ ਹੋਈ ਪਾਉਂਦੀ, ਵਾਲ ਵਿਖਰੇ ਹੋਏ ਹੁੰਦੇ, ਮੂੰਹ ਕਾਲਾ ਜਿਹਾ ਕਾਲਸ ਜੇ ਲੱਗੀ ਹੁੰਦੀ ਅਤੇ ਚੋਲਾ ਜਿਹਾ ਪਾਇਆ ਹੁੰਦਾ, ਬਿਲਕੁਲ ਫਕੀਰਨੀ ਦੀ ਤਰ੍ਹਾਂ ਲੱਗਦੀ। ਅਤੇ ਜਦ ਤੱਕ ਬੰਦਾ ਹਕੀਕਤ ਦਾ ਰੂਪ ਨਹੀਂ ਕਿਸੇ ਚੀਜ਼ ਨੂੰ ਦਿੰਦਾ, ਉਹਨੂੰ ਕਿਸ ਤਰ੍ਹਾਂ ਉਜਾਗਰ ਕਰ ਸਕਦਾ ਉਹ ਫਿਰ। ਅਤੇ ਇਸ ਤਰ੍ਹਾਂ ਉਹ ਫਿਲਮ ਜਿਹੜੀ ਸੀ ਨਾ, ਉਹ ਯਾਸਿਨ ਗੁਰੇਜਾ ਸਾਹਿਬ ਫਿਰ ਮਜਬੂਰ ਹੋ ਗਏ ਉਸ ਫਿਲਮ ਨੂੰ ਮੁਕੰਮਲ ਕਰਨੇ 'ਤੇ। ਜਿਸ ਤਰ੍ਹਾਂ ਫਿਰ ਉਹਨੇ ਕਿਹਾ, ਯਾਸਿਨ ਗੁਰੇਜਾ ਸਾਹਿਬ ਕਹਿੰਦੇ ਚਲੋ ਯਾਰ ਹੁਣ ਇਹ ਨਹੀਂ ਇਸ ਤਰ੍ਹਾਂ ਦਾ ਕਿਰਦਾਰ ਅਦਾ ਕਰਦੇ ਜਾਂ ਕੱਪੜੇ ਨਹੀਂ ਪਾਉਂਦੀ, ਹੁਣ ਕੀ ਕਰੀਏ, ਇਸ ਫਿਲਮ ਨੂੰ ਮੁਕੰਮਲ ਤਾਂ ਕਰਨਾ ਨਾ, ਫਸ ਜੂ ਗਏ ਹਾਂ। ਉਹਨਾਂ ਨੇ ਫਿਰ ਖੈਰ ਰੋਟ ਧੋ ਕੇ ਉਸ ਫਿਲਮ ਨੂੰ ਮੁਕੰਮਲ ਕੀਤਾ। ਲੇਕਿਨ ਜਦੋਂ ਇਹ ਫਿਲਮ ਮੰਗਤੀ ਜਦੋਂ ਸੈਨਮੇ ਦੇ ਵਿੱਚ ਲੱਗੀ ਅਤੇ ਅਦਾਕਾਰ ਬਹਾਰ ਬੇਗਮ ਨੇ ਇਹਦੇ ਵਿੱਚ ਰੋਲ ਕੋਈ ਚਸਦਾਰ ਨਹੀਂ ਕੀਤਾ, ਜਿਵੇਂ ਅਸਲ ਹਕੀਕਤ ਦਾ ਰੰਗ ਬੰਦਾ ਦੇ ਦਿੰਦਾ, ਇਹਨੂੰ ਚਾਹੀਦਾ ਸੀ ਅਸਲ ਹਕੀਕਤ ਦਾ ਰੰਗ ਦੇਣ ਦੇ, ਇਹਨੇ ਅਸਲ ਹਕੀਕਤ ਦਾ ਰੰਗ ਨਹੀਂ ਫਿਰ ਦਿੱਤਾ, ਖੁੱਭ ਕੇ ਉਸ ਰੋਲ ਨੂੰ ਨਹੀਂ ਕੀਤਾ। ਮੰਗਤੀ ਦੀ ਬਿਲਕੁਲ ਇਸ ਤਰ੍ਹਾਂ ਨਹੀਂ ਸੀ ਲੱਗਦੀ ਜਿਸ ਤਰ੍ਹਾਂ ਮੰਗਤੀ ਹੁੰਦੀ ਆ। ਬਸ ਫਿਰ ਉਹ ਰੋ ਧੋ ਕੇ ਫਿਲਮ ਮੁਕੰਮਲ ਕੀਤੀ। ਲੇਕਿਨ ਜਿਸ ਵੇਲੇ ਉਹ ਰਿਲੀਜ਼ ਹੋਈ ਸੈਨਮੇ 'ਚ ਗਈ ਅਤੇ ਉਹ ਫਿਲਮ ਜਿਹੜੀ ਫਿਰ ਫਲਾਪ ਹੋ ਗਈ, ਡੱਬਾ ਹੋ ਗਈ। ਅਤੇ ਉਸ ਫਿਲਮ ਦੀ ਨਾਕਾਮੀ ਦੀ ਵਜ੍ਹਾ ਨਾਲ ਫਿਰ ਯਾਸਿਨ ਗੁਰੇਜਾ ਸਾਹਿਬ ਵੀ, ਤੁਹਾਨੂੰ ਪਤਾ ਜਦੋਂ ਇੱਕ ਬੰਦਾ ਪ੍ਰੋਡਿਊਸਰ ਪੈਸੇ ਲਾਉਂਦਾ ਉੱਤੇ ਖਰਚਾ ਕਰਦਾ ਔਰ ਫਿਲਮ ਉਹ ਨਾਕਾਮ ਹੋ ਜਾਏ ਅਤੇ ਫਿਰ ਉਹ ਬੰਦੇ ਦਾ ਦਿਲ ਟੁੱਟ ਜਾਂਦਾ। ਅਤੇ ਅਦਾਕਾਰ ਬਹਾਰ ਬੇਗਮ ਵੀ ਉਦੋਂ ਨਵੀਆਂ ਨਵੀਆਂ ਆਈਆਂ ਸੀ, ਸੰਨ 1961 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਮੰਗਤੀ। ਅਤੇ ਲੇਕਿਨ ਇਹ ਡਾਇਰੈਕਟਰ ਪ੍ਰੋਡਿਊਸਰ ਨੂੰ ਵੀ ਚਾਹੀਦਾ ਨਾ ਕਿ ਅਦਾਕਾਰ ਜਿਹੜੇ ਵੀ ਹੋਵੇ ਜਾਂ ਅਦਾਕਾਰ ਜਾਂ ਅਦਾਕਾਰਾ, ਉਹਨੂੰ ਵੇਖ ਕੇ ਸਿਲੈਕਟ ਕਰਨਾ ਚਾਹੀਦਾ ਹੈ ਕਿ ਇਸ ਰੋਲ ਦੇ ਉੱਤੇ ਪੂਰਾ ਉਤਰੇਗਾ। ਅਤੇ ਅਦਾਕਾਰਾ ਬਹਾਰ ਬੇਗਮ ਉਦੋਂ ਨਵੀਂ ਨਵੀਂ ਆਈ ਸੀ, ਉਹ ਗੱਲ ਆ, ਉਹ ਬਾਤ ਆ ਕਿ ਜਦੋਂ ਵਕਤ ਆਉਂਦਾ ਉਦੋਂ ਬੰਦੇ ਕੋਲ ਅਕਲ ਨਹੀਂ ਹੁੰਦੀ, ਜਦੋਂ ਅਕਲ ਆਉਂਦੀ ਆ ਫਿਰ ਵਕਤ ਨਹੀਂ ਹੁੰਦਾ। ਅਤੇ ਉਹ ਫਿਰ ਨਵੀਆਂ ਨਵੀਆਂ ਆਈਆਂ ਸੀ, ਉਹਨਾਂ ਨੇ ਇਸ ਕਿਰਦਾਰ ਨੂੰ ਫਿਰ ਕੀਤਾ ਨਹੀਂ ਹੈ। ਅਤੇ ਬਾਅਦ ਦੇ ਵਿੱਚ ਤਾਂ ਫਿਰ ਦੇਖੋ ਸਾਰੇ ਕਿਰਦਾਰ ਉਹਨਾਂ ਨੇ ਕੀਤੇ, ਫਿਰ ਉਸ ਤੋਂ ਬਾਅਦ ਕਾਮਯਾਬ ਵੀ ਰਹੀਆਂ ਫਿਲਮਾਂ ਦੇ ਵਿੱਚ। ਅਤੇ ਲੇਕਿਨ ਸ਼ੁਰੂ ਦੇ ਵਿੱਚ ਉਹਨਾਂ ਨੇ ਫਿਰ ਇਸ ਤਰ੍ਹਾਂ ਇਹ ਫਿਲਮ ਫਲਾਪ ਹੋ ਗਈ ਸੀ ਅਤੇ ਔਰ ਨਾਕਾਮ ਹੋ ਗਈ ਸੀ। ਅਤੇ ਇਹ ਸੀ ਅੱਜ ਦੀ ਸਟੋਰੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ, ਬਿਆਨ ਕੀਤੀ। ਉਮੀਦ ਆ ਤੁਹਾਨੂੰ ਪਸੰਦ ਆਈ ਹੋਏਗੀ। ਜਾਂਦੇ ਜਾਂਦੇ ਕੋਈ ਅੱਛਾ ਜਿਹਾ ਕਮੈਂਟਸ ਵੀ ਕਰ ਦਿਆ ਕਰੋ। ਤੁਹਾਡੀ ਜਾਂ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ।